ਖਬਰ ਅੰਮ੍ਰਿਤਸਰ ਦੀ ਹੈ ਜਿੱਥੋਂ ਦੇ ਥਾਣਾ ਅੰਮ੍ਰਿਤਸਰ ਦੇ ਦਿਹਾਤੀ ਇਲਾਕੇ 'ਚ ਆਉਂਦੇ ਚਾਟੀ ਵਿੱਚ ਪੁਲਿਸ ਦੁਆਰਾ ਇੱਕ ਨਕਲੀ ਖਲ ਬਣਾਉਣ ਵਾਲੇ ਗਿਰੋਹ ਨੂੰ ਕਾਬੂ ਕੀਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਕੁਝ ਲੋਕ ਨਕਲੀ ਖਲ ਬਣਾ ਕੇ ਉਸ ਤੇ ਮਹਿਤਾ ਕੰਪਨੀ ਦਾ ਲੇਬਲ ਲਗਾ ਕੇ ਵੇਚਦੇ ਸਨ, ਜਿਨ੍ਹਾਂ ਤੇ ਪਹਿਲਾਂ ਵੀ ਕਈ ਵਾਰ ਪਰਚੇ ਦਰਜ ਕਰਵਾਏ ਗਏ ਸਨ, ਪਰ ਉਹ ਲੋਕ ਇਹ ਜਾਲੀ ਖਲ ਬਣਾਉਣ ਤੋਂ ਨਹੀਂ ਹਟੇ। ਪਰ ਹੁਣ ਪੁਲਿਸ ਨੇ ਇਸ ਗਿਰੋਹ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਰਕਲ ਆ ਕੇ ਸਪਲਾਈ ਕਰਦੇ ਸੀ ਤੇ ਇਹਨਾਂ ਵੱਲੋਂ ਸ਼ਿਕਾਇਤ ਕੀਤੀ, ਸ਼ਿਕਾਇਤ ਦੇ ਆਧਾਰ ਤੇ ਪਰਚਾ ਦਰਜ ਹੋਇਆ। ਪਰਚਾ ਦਰਜ ਹੋਣ ਦੇ ਬਠਿੰਡਿਓਂ ਬਾਹਰੋਂ ਗੱਡੀ ਇੱਕ ਭਰ ਕੇ ਆਈ ਇਹਨਾਂ ਨੇ, ਉਹ ਵੀ ਪੁਲਿਸ ਨੇ ਜ਼ਬਤ ਕੀਤੀ। ਇੱਕ ਇਹਨਾਂ ਦੇ ਕਾਰਖਾਨੇ ਭਰ ਕੇ ਆਈ, ਉਹ ਵੀ ਜ਼ਬਤ ਕੀਤੀ। ਇਹ ਕਰਕੇ ਸਾਰੇ ਭਰਾਵਾਂ ਨੂੰ ਬੇਨਤੀ ਦੁਕਾਨਦਾਰਾਂ ਨੂੰ ਵੀ ਨਕਲੀ ਖਲ ਤੋਂ ਬਚੋ, ਇੱਕਦੇ ਪਸ਼ੂਆਂ ਦਾ ਨੁਕਸਾਨ ਨਾ ਜੀ, ਨੁਕਸਾਨ ਦੀ ਜ਼ਿੰਮੇਵਾਰੀ ਦੁਕਾਨਦਾਰ ਦੀ। ਪਹਿਲਾਂ ਸਾਰਾ ਪਰਿਵਾਰ ਇਕੱਠੇ ਰਹਿੰਦੇ ਸੀ, ਇਕੱਠੇ ਕਾਰੋਬਾਰ ਕਰਦੇ ਸੀ, ਬਾਅਦ ਦੇ ਵਿੱਚ ਇਹਨਾਂ ਦੀ ਆਪਸੀ ਜਿਹੜੀ ਆ ਵੰਡ ਹੋ ਗਈ। ਵੰਡ ਦੇ ਵਿੱਚ ਜਿਹੜਾ ਮਾਰਕਾ ਜਿਹੜਾ ਵਾ ਉਹ ਇੱਕ ਮਾਰਕਾ ਜਿਹੜਾ ਬਲਦੇਵ ਸਿੰਘ ਦੇ ਹਿੱਸੇ ਆ ਗਿਆ। ਉਸ ਤੋਂ ਬਾਅਦ ਜਿਹੜੇ ਦੂਸਰੇ ਭਰਾ ਵਾ ਉਹੀ ਜਾਲੀ ਮਾਰਕਾ ਲਾ ਕੇ ਉਹਦਾ ਨਾਲ ਦਾ ਜਾਲੀ ਮਾਲ ਤਿਆਰ ਕਰਕੇ ਖਲ ਦਾ ਜਿਹੜਾ ਵੇਚਣਾ ਸ਼ੁਰੂ ਕਰ ਦਿੱਤਾ, ਜਿਹਦੇ ਸੰਬੰਧ ਦੇ ਵਿੱਚ ਬਲਦੇਵ ਸਿੰਘ ਵੱਲੋਂ ਦਰਖਾਸਤ ਦਿੱਤੀ ਗਈ ਸੀ, ਜਿਸ ਦੀ ਇਨਕੁਆਇਰੀ ਕਰਨ ਤੋਂ ਬਾਅਦ ਮੁਕੱਦਮਾ ਨੰਬਰ 25 ਮਿਤੀ 24/18 ਨੂੰ ਦਰਜ ਰਜਿਸਟਰ ਕੀਤਾ ਗਿਆ ਸੀ।